ਰਹਿਣਾ ਕੈਲਾਸ਼ ਕੱਪੜ। ਕਿੱਥੋਂ ਆਉਂਦੇ ਜੀ? ਇਹ ਬਟਾਲਾ ਰੋਡ ਤੋਂ। ਤੇ ਕੀ ਕੰਮ ਕਰਦਾ ਤੁਹਾਡਾ ਜੀ? ਸਬਜ਼ੀ ਦਾ। ਕਿੰਨੇ ਵਜੇ ਸਵੇਰੇ ਮੰਡੀ ਆਉਂਦੇ ਜੀ? ਸਵੇਰੇ 4:30 ਵਜੇ। ਧੁੰਦ ਤੇ ਠੰਡ ਦਾ ਕਿੰਨਾ ਕੁ ਫਰਕ ਪਿਆ ਜੀ? ਬਹੁਤ ਜ਼ਿਆਦਾ ਫਰਕ ਹੈ ਜੀ, ਗਾਹਕ ਨਹੀਂ, ਕਸਟਮਰ ਕੋਈ ਨਹੀਂ ਗਿਆ, ਪਿੱਛੇ ਸੌਦੇ ਬਹੁਤ ਤੇਜ਼ ਨੇ, ਪਰ ਕੋਈ ਕਾਰੋਬਾਰ ਕੋਈ ਨਹੀਂ ਹੈਗਾ। ਇਹ ਸਰਕਾਰ ਨੇ ਬੜਾ ਕਰ ਕਰਕੇ ਰੱਖਾ, ਕੋਈ ਕਾਰੋਬਾਰ ਨਹੀਂ ਕਹਿ ਜਾਂਦਾ। ਮਿਹਨਤ ਮਜ਼ਦੂਰੀ। ਅੱਛਾ, ਸਬਜ਼ੀ ਦਾ ਹੀ? ਸਬਜ਼ੀ ਲੈ ਕੇ ਇੱਥੋਂ। ਸਬਜ਼ੀ ਦਾ ਹੁਣ ਇੰਨੀ ਠੰਡ ਆ ਤੇ ਧੁੰਦ ਆ, ਕਿੰਨਾ ਕੁ ਫਰਕ ਪਿਆ ਇਹਦਾ? ਬਹੁਤ ਜ਼ਿਆਦਾ ਫਰਕ ਪਿਆ ਜੀ, ਸਬਜ਼ੀਆਂ ਤੇਜ਼ ਹੋ ਗਈਆਂ। ਅੱਛਾ ਜੀ, ਤੇ ਕਿੰਨੇ ਵਜੇ ਆਉਂਦੇ ਤੁਸੀਂ ਸਵੇਰੇ ਦੇ? ਅਸੀਂ ਘਰੋਂ 7 ਵਜੇ ਆਉਂਦੇ ਆ ਜੀ। ਅੱਛਾ ਜੀ, ਤੇ 4:30 ਵੱਜ ਜਾਂਦੇ। ਤੇ ਆਉਣ ਜਾਣ 'ਚ ਕਿੰਨਾ ਕੁ ਬੱਸ ਪੈਣ ਡਿਆ ਤੁਹਾਨੂੰ? ਲੇਟ ਹੁੰਦੇ ਕਿਵੇਂ ਜੀ? ਹਾਂਜੀ, ਲੇਟ ਬਹੁਤ ਹੁੰਦੇ, ਧੁੰਦਾ ਕਰਕੇ, ਧੁੰਦੇ ਕਾਰਨ ਬਹੁਤ ਲੇਟ ਹੁੰਦੇ। ਕਿਹੜੇ ਪਿੰਡ ਤੋਂ ਆਉਂਦੇ ਜੀ? ਕਾਹਦਾ ਕੰਮ ਕਰਦੇ ਜੀ? ਆਲੂ ਗੰਢੇ। ਆ, ਇੰਨੀ ਗਰਮ, ਠੰਡ ਪੈਣ ਡਈ, ਧੁੰਦ ਪੈਣ ਡਈ, ਇਹਦਾ ਕਿੰਨਾ ਕੁ ਅਸਰ ਹੈ ਤੁਹਾਡੇ ਕੰਮ ਤੇ? ਬਹੁਤ ਜ਼ਿਆਦਾ। ਕਿੰਨੇ ਵਜੇ ਆਉਂਦੇ ਸਵੇਰੇ? ਸਵੇਰੇ 8 ਵਜੇ ਆਏ ਜੀ। ਫਰਕ ਕਿਸ ਤਰ੍ਹਾਂ ਪਿਆ? ਠੰਡ ਕਰਕੇ ਬਾਬਾ ਜੀ। ਸਬਜ਼ੀ ਤੇ ਕਿੰਨਾ ਕੁ ਫਰਕ ਪਿਆ? ਵੇਚਣ ਖਰੀਦਣ ਦਾ ਕੀ ਹੈ? ਸਬਜ਼ੀ ਅੱਗੇ ਨਾਲ ਮਹਿੰਗੀ ਹੋ ਗਈ ਆ। ਹਾਂਜੀ, ਵੇਖਦੀ ਨੀ ਹੁਣ। ਅੱਛਾ ਜੀ।